ਉਹ ਇੱਧਰ ਵਗ ਜਾਓ, ਢਾਣੀ 'ਚ ਵਗ ਜਾਓ, ਨਾਲਾ ਦੇਖ ਲਓ ਵਿਚਾਲੇ ਰੁਕਾਇਆ ਬੈਠ ਪਿਆ ਇਹਦੇ ਵਿੱਚ, ਜਿਹੜਾ ਪਾਲੀ ਆ, ਪਾਲੀ ਨੇ ਰੁਕਵਾਇਆ ਨਾਲਾ ਉਹ। ਨਹੀਂ ਫਿਰ ਇਹ ਪਿਛਲਾ ਪਲਾਨ ਸਰਪੰਚੀ ਤਾਂ ਜਿਹੜੀ ਮਾਤਾ ਚਰਨ ਕੌਰ ਦੀ ਸੀਗੀ, ਚਰਨ ਕੌਰ ਉਹਦੇ 'ਚ ਫਿਰ ਨਹੀਂ ਹੋਇਆ, ਉਹਨੇ ਆਪ ਕਰੀ ਨਹੀਂ ਸਰਪੰਚੀ, ਸਰਪੰਚੀ ਪਾਲੀ ਤੋਂ ਕਰਵਾਈ ਉਹਨੇ। ਪਾਲੀ ਕੌਣ ਆ? ਪਾਲੀ ਉਹਦਾ ਪੀਏ ਲੰਬਰਦਾਰ ਆ। ਸਾਨੂੰ ਇਹ ਤੁਹਾਡਾ ਕਹਿਣਾ ਇਹ ਹੈ ਵੀ ਜੇ ਮਾਤਾ ਚਰਨ ਕੌਰ ਕਰਦੀ ਸਰਪੰਚੀ ਤਾਂ ਸ਼ਾਇਦ ਸਾਨੂੰ ਕੁਛ ਬਣ ਜਾਂਦਾ। ਹਾਂ ਜੀ, ਆਪ ਬਲਕੌਰ ਸਿੰਘ ਵੀ ਕਰਦਾ ਫਿਰ ਵੀ ਉਹ ਪਿੰਡ ਦਾ ਬਣਾਉਂਦਾ, ਪਰ ਉਹਨੇ ਆਪ ਸਰਪੰਚੀ ਕੇਰਾ ਲੈ ਕੇ ਵੀ ਅਹੁਦਾ ਲੈ ਕੇ ਉਹ ਉਹਨੂੰ ਸੰਭਾਲਤੀ, ਆਪ ਬਹਿ ਗਿਆ ਅੰਦਰ। ਕੋਠੀ ਦੇਖ ਲੋ ਜਾ ਕੇ ਉਹਦੀ ਵੋਟਾਂ ਤੋਂ ਬਾਅਦ। ਅੱਛਾ, ਇੱਕ ਇਹ ਵੀ ਗੱਲ ਸੀਗੀ ਵੀ ਜਦੋਂ ਸਿੱਧੂ ਮੂਸੇਵਾਲ ਦੇ ਮਾਤਾ ਜੀ ਲੜੇ ਸੀ ਪਿਛਲੇ ਪਲਾਨ 'ਚ, ਤਾਂ ਉਹਨਾਂ ਨੇ ਸ਼ਰਾਬ ਹੈ ਜਿਹੜੀ ਉਹ ਬੰਦ ਕਰ ਦਿੱਤੀ, ਸ਼ਰਾਬ ਨਹੀਂ। ਇਹ ਗੱਲ ਸੱਚੀ ਸੀ, ਜਿਤਾਈ ਵੀ ਸੀ, ਜਿਤਾਈ ਵੀ ਸੀ, ਜਿਤਾਈ ਲੋਕਾਂ ਨੇ ਸੀ, ਸਾਡੇ ਵਰਗੇ ਨਹੀਂ ਜਿਤਾਈ ਸੀ ਉਹ ਵੀ। ਤੇ ਹੁਣ ਅੱਜ ਦੀ ਘੜੀ ਵੀ ਉਹ ਸਾਨੂੰ ਮਾੜਾ ਕਹਿਣ, ਇੱਕ ਵਾਰੀ ਕਿਸੇ ਦੂਜੇ ਨੂੰ ਮੌਕਾ ਦੇਣਾ ਚਾਹੀਦਾ ਜੀ। ਹਾਂ, ਹੈਂ ਵੀ ਚਲੋ ਨਹੀਂ ਸਰ ਸ਼ਾਂਤੀ, ਜੇ ਸਰ ਸ਼ਾਂਤੀ ਨਾਲ ਹੋ ਵੀ ਜਾਂਦਾ, ਜੇ ਉਹ ਪਾਲੀ ਨੂੰ ਨਾ ਉਹ ਕਰਵਾਉਂਦਾ, ਉਹਨੂੰ ਸਰ ਸ਼ਾਂਤੀ ਨਾਲ ਦੂਰੀ ਵਾਰ ਬਣਾਉਂਦੇ, ਸਾਰਾ ਪਿੰਡ ਚਾਹੁੰਦਾ ਸੀ ਵੀ ਦੂਰੀ ਵਾਰ ਬਣਾਉਂਦੇ। ਇਹਨਾਂ ਨੂੰ ਤੁਸੀਂ ਦਲੇਰੀ ਚ ਰੱਖੋ ਵੀ ਭਾਈ ਸਿੰਘ ਤਾਂ ਫਸੇ, ਹੁਣ ਕਢਵਾਓ। ਇਹ ਤਾਂ ਸਾਨੂੰ ਦਲੇਰੀ ਦਿੰਦੇ ਆ ਜੀ ਸਭ, ਇਹ ਤਾਂ ਸਾਨੂੰ ਦਲੇਰੀ ਦੇਣ ਵਾਲੇ ਆ ਸਾਰੇ। ਡੀਸੀ ਬਾਈ ਵੀ ਸਿੱਧੂ ਮੂਸੇਵਾਲ ਦੇ ਜਿਹੜੇ ਫਾਦਰ ਸਾਹਿਬ ਆ ਬਲਕੌਰ ਸਿੰਘ, ਉਹ ਇਲੈਕਸ਼ਨਾਂ 'ਚ ਖੜੇ ਹੋ ਗਏ, ਇਹ ਸੋਸ਼ਲ ਮੀਡੀਆ 'ਤੇ ਗੱਲ ਆਈ ਸੀ, ਅੱਜ ਤੁਹਾਡੇ ਪਿੰਡ ਦੇ ਵਿੱਚ ਬੈਠੇ ਹੈ, ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ, ਕਿਵੇਂ ਗੱਲ ਬਣੀ ਉਹ ਦੱਸੋ ਸਾਨੂੰ। ਪਿੰਡ ਦੇ ਵਿੱਚ ਮੋਤਵਾਰ ਬੰਦਿਆਂ ਦਾ ਇਕੱਠ ਹੋਇਆ ਸੀ ਜੀ, ਠੀਕ ਹੈ। ਉਹਨਾਂ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਲੈਕਸ਼ਨ ਲੜੋਗੇ, ਉਹ ਕਹਿੰਦੇ ਵੀ ਅਸੀਂ ਪਿੰਡ ਦੀ ਸੇਵਾ ਕਰ ਲਈ ਵੀ ਅਸੀਂ ਇਲੈਕਸ਼ਨ ਨਹੀਂ ਲੜਨਾ, ਠੀਕ ਹੈ। ਹਾਂਜੀ, ਅਤੇ ਉਹ ਕਹਿੰਦੇ ਵੀ ਅਸੀਂ ਆਪਣਾ ਬੰਦਾ ਦੇ ਦਾਂਗੇ, ਅਤੇ ਉਹ ਬੰਦਾ ਉਹਨਾਂ ਨੇ ਦੇਤਾ ਇੱਕ, ਅਤੇ ਉਹਦੇ 'ਚ ਸਾਰਾ ਪਿੰਡ ਉਹਨਾਂ ਉਹ ਬੰਦੇ ਨਾਲ ਸਹਿਮਤ ਨਹੀਂ ਹੋ ਸਕਦਾ, ਜਿਹੜਾ ਬਾਪੂ ਬਲਕੌਰ ਸਿੰਘ ਨਾਲ ਸਹਿਮਤ ਹੋ ਸਕਦਾ, ਸਾਰਾ ਪਿੰਡ ਹੋ ਜਾਂਦਾ, ਪਰ ਉਹਦੇ ਨਾਲ ਸਹਿਮਤ ਨਹੀਂ ਹੈਗਾ, ਤਾਂ ਕਰਕੇ ਇਲੈਕਸ਼ਨ ਲੜ। ਨਹੀਂ, ਸਾਡੇ ਕੋਲ ਜਿਹੜੀ ਗੱਲ ਆਈ ਸੀਗੀ ਉਹ ਇਹ ਸੀਗੀ ਵੀ ਬਲਕੌਰ ਸਿੰਘ ਦਾ ਕਹਿਣਾ ਸੀ ਵੀ ਜੇ ਤਾਂ ਸਹਿਮਤੀ ਨਾ ਜਿਤਾਉਂਦੇ ਹੋ ਤਾਂ ਮੈਂ ਖੜਾ ਹਾਂ ਤੇ ਵੋਟਾਂ ਨਹੀਂ ਮੈਂ ਜਿਹੜੀਆਂ ਲੜਾਂ। ਉਹ ਜੋ ਚਾਰ ਤਿੰਨ ਚਾਰ ਜਿਹੜੇ ਵਾਰਡ ਦੇ ਮੈਂ ਬਹੁਤ ਸੀਗੇ ਉਹ ਖਿਲਾਫ ਸੀ, ਯਾਨੀ ਕਿ ਉਸ ਬੰਦੇ ਬਲਕੌਰ ਸਿੰਘ ਤੇ ਸਹਿਮਤੀ ਕਰਕੇ ਰਾਜੀ ਨਹੀਂ ਸੀ। ਅਸੀਂ ਖੁਦ ਯਾਰ ਵੀ ਜਿਹੜੀ ਚੇਅਰਮੈਨ ਨੂੰ ਬਣਾਉਣ ਨੂੰ ਤਿਆਰ ਸੀ, ਠੀਕ ਹੈ। ਹਾਂਜੀ, ਜਿਹੜੀ ਅੱਜ ਕੱਲ੍ਹ ਅਫਵਾਹ ਚੱਕ ਲੈਂਦੇ ਨੇ ਚੈਨਲ ਵਾਲੇ ਵੀ ਪਾ ਦਿੰਦੇ ਨੇ ਵੀ ਜੀ ਆਹ ਕਰਤਾ ਕਰਤਾ, ਵੀ ਪਹਿਲਾਂ ਪਿੰਡ ਲੈਵਲ ਤੇ ਸਾਡੀ ਸਾਰੀ ਪੱਤੀ ਵੀ ਕੀ ਰਿਪੋਰਟ ਆ, ਸਾਡੀ ਸਾਰੀ ਪੱਤੀ ਤੇ ਇਹਨਾਂ ਲਾਣਾ ਲਾਣਾ ਮਾਣਾ ਪੱਤੀ, ਲਾਣਾ ਮਾਣਾ ਪੱਤੀ ਤੇ ਮਨੋਹਰ ਪੱਤੀ, ਇਹ ਖੜਕ ਇੱਕ ਸ਼ਰਸ਼ਰਨੀ ਨੂੰ ਇਹਨਾਂ ਨੇ ਖੜਾ ਕੀਤਾ ਚੇਅਰਮੈਨ ਨੂੰ ਇੱਥੇ ਚੌਂਤਰੇ ਦੇ ਉੱਤੇ, ਅਤੇ ਫਿਰ ਉਦੋਂ ਬਾਅਦ ਉਹਨਾਂ ਨੇ ਵੀ ਕਈ ਵਾਰਾਂ ਇਕੱਠ ਕੀਤਾ, ਉਹਨਾਂ ਨੇ ਤਾਂ 10-12 ਕਰ ਲਿਆ, ਉਹਨਾਂ ਨੂੰ ਬੰਦਾ ਨਹੀਂ ਮਿਲਿਆ, ਉਦੋਂ ਬਾਅਦ ਹਰ ਕੇ ਉਹਨਾਂ ਨੇ ਆ ਕਰ ਆਹ ਖੜਾ ਕਰਤਾ। ਇੱਕ ਜਿਵੇਂ ਪਿੰਡਾਂ 'ਚ ਆਮ ਚੱਲਦਾ ਵੀ ਬੋਲੀ ਲੱਗ ਜਾਂਦੀ ਹੈ, ਨੇੜਲੇ ਪਿੰਡਾਂ 'ਚ ਤੁਹਾਡੇ ਵੀ ਕਈਆਂ 'ਚ ਲੱਗੀ, ਉਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ ਵੀ ਸਾਂਝੇ ਕੰਮ ਲਈ ਕੋਈ ਗੱਲ? ਕੋਈ ਨਹੀਂ ਹੋਈ ਜੀ, ਗੱਲ ਸਾਰੀ ਕੀ ਹੁੰਦੀ ਹੈ, ਕਿਸੇ ਵੀ ਜਾਂਦੇ ਆ ਤਾਂ ਕੰਮਾਂ ਕਾਰਾਂ ਦੀ ਮੰਗ ਹੈਗੀ।
ਕਿਤੇ ਵੀ ਆਪਾਂ ਜਾਣਾ ਤਾਂ ਕਹਿੰਦੇ ਨੀ ਵੀ ਸਾਨੂੰ ਆ ਕੰਮ ਚਾਹੀਦਾ, ਵਿਕਾਸ ਦਾ ਚਾਹੀਦਾ, ਵਿਕਾਸ ਦਾ ਚਾਹੀਦਾ। ਅੱਛਾ ਜੇ ਵਿਕਾਸ ਦੀ ਗੱਲ ਕਰ ਲਈ, ਹਾਂ ਸਾਡੇ ਪਿੰਡ 'ਚ ਕਿੰਨਾ ਕੁ ਹੋ ਗਿਆ ਜੀ? ਨਹੀਂ ਹੋਇਆ। ਅੱਛਾ ਆਹ ਜੋਸੀ ਸੜਕ ਆਏ ਹੋ, ਹਾਂ ਅੱਡੇ ਦੇ ਵਾਲੀ, ਇਹ ਵੀ ਲਾ ਲਓ, ਮਾਨਵੀ ਬੜੀਆਂ ਵਾਲੀ ਲਾ ਲਓ, ਬੜੀਆਂ ਵਾਲੀ ਲਾ ਲਓ, ਫਿਰਨੀ ਲਾ ਲਓ ਸਕੂਲ ਤੋਂ ਲੈ ਕੇ ਫਿਰਨੀ ਲੈ ਲਓ, ਅਤੇ ਉਹ ਇੱਧਰ ਵਗ ਜਾਓ, ਢਾਣੀ 'ਚ ਵਗ ਜਾਓ, ਨਾਲਾ ਦੇਖ ਲਓ ਵਿਚਾਲੇ ਰੁਕਾਇਆ ਬੈਠ ਪਿਆ, ਇਹਦੇ ਵਿੱਚ ਜਿਹੜਾ ਪਾਲੀ ਹੈ, ਪਾਲੀ ਨੇ ਰੁਕਵਾਇਆ ਨਾਲਾ ਉਹ। ਨਹੀਂ ਫਿਰ ਇਹ ਪਿਛਲਾ ਪਲਾਨ ਸਰਪੰਚੀ ਤਾਂ ਜਿਹੜੀ ਮਾਤਾ ਚਰਨ ਕੌਰ ਦੀ ਸੀਗੀ, ਚਰਨ ਕੌਰ ਦੀ ਫਿਰ ਨਹੀਂ ਹੋਇਆ, ਉਹਨੇ ਆਪ ਕਰੀ ਨਹੀਂ ਸਰਪੰਚੀ, ਸਰਪੰਚੀ ਪਾਲੀ ਤੋਂ ਕਰਵਾਈ ਉਹਨੇ, ਪਾਲੀ ਤੋਂ ਆਪ ਸਰਪੰਚੀ ਕੇਰਾ ਲੈ ਕੇ ਵੀ ਅਹੁਦਾ ਲੈ ਕੇ ਉਹ ਉਹਨੂੰ ਸੰਭਾਤੀ ਆਪ ਬਹਿ ਗਿਆ ਅੰਦਰ, ਠੇਕੇ ਤੇ ਠੇਕੇ ਤੇ ਨਹੀਂ ਦਿੱਤੀ ਕਿਵੇਂ ਲਾ ਲੋ, ਕਿਵੇਂ ਸੰਭਾਲਤੀ ਯਾਰ ਵੀ ਉਹਦੇ ਨਾਲ, ਇਸ ਚੀਜ਼ ਤੋਂ ਪਿੰਡ ਖਫਾ, ਇਸ ਗੱਲ ਤੋਂ ਪਿੰਡ, ਉਸੇ ਕਾਰਨ ਹੀ ਉਹਨੂੰ ਵੋਟ ਨਹੀਂ ਪੈਂਦੀ, ਨਹੀਂ ਨਹੀਂ ਸਰਬਸੰਮਤੀ ਨਾਲ ਉਹਨੂੰ ਬਣਾਉਂਦੇ ਸੀ, ਜੇ ਉਸ ਚੀਜ਼ ਦਾ ਲੋਕਾਂ ਨੇ ਮਨ 'ਚ ਹੈ ਜਿਹੜਾ ਉਹ ਦੁੱਖ ਹੈ ਜਾਂ ਗੁੱਸਾ ਹੈ, ਉਹ ਸੀ ਮਾਜੀ ਸਿੰਘਾਂ ਦਾ ਮੁੰਡਾ ਸੀ, ਠੀਕ ਹੈ, ਮਾਜੀ ਵੀ ਸਿੰਘਾਂ, ਅਤੇ ਇੱਦੂ ਪਹਿਲਾਂ ਕੋਠੀ ਦੇਖ ਲਓ ਜਾ ਕੇ ਉਹਦੀ, ਐਂ ਜਦੋਂ ਦੀਆਂ ਵੋਟਾਂ ਤੋਂ ਬਾਅਦ। ਅੱਛਾ ਇੱਕ ਇਹ ਵੀ ਗੱਲ ਸੀਗੀ ਵੀ ਜਦੋਂ ਸਿੱਧੂ ਮੂਸੇਵਾਲ ਦੇ ਮਾਤਾ ਜੀ ਲੜੇ ਸੀ ਪਿਛਲੇ ਪਲਾਨ 'ਚ, ਤਾਂ ਉਹਨਾਂ ਨੇ ਸ਼ਰਾਬ ਹੈ ਜਿਹੜੀ ਉਹ ਬੰਦ ਕਰਤੀ ਸੀ, ਸ਼ਰਾਬ ਇਹ ਗੱਲ ਸੱਚੀ, ਜਿਤਾਈ ਵੀ ਸੀ, ਜਿਤਾਈ ਵੀ ਸੀ, ਜਿਤਾਈ ਲੋਕਾਂ ਨੇ ਸੀ, ਸਾਡੇ ਵਰਗਿਆਂ ਨੇ ਜਿਤਾਈ ਸੀ ਉਹ ਵੀ, ਅਤੇ ਹੁਣ ਅੱਜ ਦੀ ਘੜੀ ਵੀ ਉਹ ਸਾਨੂੰ ਮਾੜਾ ਕਹਿਣ, ਇੱਕ ਵਾਰੀ ਕਿਸੇ ਦੂਜੇ ਨੂੰ ਮੌਕਾ ਦੇਣਾ ਚਾਹੀਦਾ ਜੀ, ਹਾਂ ਵੀ ਚਲੋ ਨਹੀਂ ਸਰਬਸੰਮਤੀ, ਜੇ ਸਰਬਸੰਮਤੀ ਨਾਲ ਹੋ ਵੀ ਜਾਂਦਾ, ਜੇ ਉਹ ਪਾਲੀ ਨੂੰ ਨਾ ਉਹ ਕਰਵਾਉਂਦਾ, ਉਹਨੂੰ ਸਰਬਸੰਮਤੀ ਨਾਲ ਦੂਰੀ ਵਾਰ ਬਣਾਉਂਦੇ, ਸਾਰਾ ਪਿੰਡ ਚਾਹੁੰਦਾ ਸੀ ਵੀ ਦੂਰੀ ਵਾਰ ਬਣਾਉਂਦੇ, ਕਿਉਂਕਿ ਤਾਂ ਉਹਦੇ ਪੁੱਤ ਦਾ ਉਹ ਸੀਗਾ ਵਿਚਾਰੇ ਦਾ ਸਿੱਧੂ ਦਾ। ਅਤੇ ਚਲੋ ਆਪਾਂ ਵੋਟਾਂ ਤੋਂ ਥੋੜ੍ਹਾ ਜਿਹਾ ਪਾਸੇ ਹੋ ਕੇ ਗੱਲ ਕਰੀਏ ਵੀ ਸਿੱਧੂ ਮੂਸੇਵਾਲ ਦੇ ਜਾਣ ਦਾ ਘਾਟਾ ਜਿੰਨਾ ਕੁ ਸੰਸਾਰ ਨੂੰ ਹੈ ਉਨਾ ਕੁ ਪਿੰਡ ਨੂੰ ਵੱਧ ਹੈ, ਹੈਗਾ ਜੀ, ਹੈਗਾ ਜੀ, ਸੰਸਾਰ ਨੂੰ ਵੱਧ ਪਿੰਡ ਨੂੰ ਹੈ, ਅਸੀਂ ਉਹਦੇ ਨਾਲ ਸਹਿਮਤ ਹਾਂ, ਅਸੀਂ ਐਂ ਕਹਿੰਦੇ ਹਾਂ ਵੀ ਜੇ ਅਸੀਂ ਜਿੱਥੇ ਜਾਂਦੇ ਹਾਂ ਅਸੀਂ ਲੋਕ ਸਾਨੂੰ ਇਹ ਹੱਸ ਕੇ ਮਿਲਦੇ ਨੇ ਵੀ ਤੁਸੀਂ ਉੱਥੋਂ ਆਏ ਹੋ, ਸਾਨੂੰ ਹੱਥ ਨਾਲ ਮਿਲਦੇ ਨੇ, ਇੰਨਾ ਪਈਆਂ ਫਿਰਨੀਆਂ ਤੇ ਉਹ ਆਮ ਹੀ ਤੁਰਿਆ ਫਿਰਦਾ, ਆਮ ਹੀ ਤੁਰਿਆ ਫਿਰਦਾ, ਇੱਥੇ ਆਰੋ ਤੋਂ ਆ ਗਿਆ ਜੀ, ਆਰੋ ਤੋਂ ਪਾਣੀ ਲੈਣ ਆਉਂਦਾ ਰਿਹਾ ਜਦੋਂ ਇਹ ਚੱਲਦਾ ਸੀ। ਅੱਛਾ, ਸਿੱਧੂ ਮੂਸੇਵਾਲੇ ਤੋਂ ਪਾਣੀ ਲੈ ਕੇ ਜਾਂਦਾ, ਪਾਣੀ ਲੈ ਕੇ ਜਾਂਦਾ ਉਹ ਬਣਨ ਤੋਂ ਪਹਿਲਾਂ ਜੀ, ਬਣਨ ਤੋਂ ਪਹਿਲਾਂ। ਅੱਛਾ ਬਈ, ਹੁਣ ਮੂਸੇ ਪਿੰਡ ਦੀਆਂ ਜਿਹੜੀਆਂ ਚੋਣਾਂ ਉਹ ਆ ਗਈਆਂ ਸਰਪੰਚੀ ਦੀਆਂ, ਹਾਂਜੀ, ਤਾਂ ਜਿੰਨਾ ਕੁ ਇਕੱਠ ਇੱਥੇ ਹੁੰਦਾ ਹਾਂਜੀ, ਉਹਨਾਂ ਕੁ ਇਕੱਠ ਬਲਜੀਤ ਦੇ ਜਾਂ ਦੂਜੇ ਸਰਪੰਚ ਦੇ ਗੇਟ ਅੱਗੇ ਵੀ ਫਿਰ ਆਈ ਹੁੰਦਾ ਹੁੰਦਾ ਉਹ ਜੀ, ਉਹਨਾਂ ਦੇ ਆਪਾਂ ਕਿਹੜਾ ਜਾ ਕੇ ਦੇਖ ਕੇ ਹੋਣਾ ਜੀ, ਨਹੀਂ ਐਂ ਪਿੰਡ ਦੇ ਵਿੱਚ ਦੀ ਲੰਘਦੇ ਟੱਪਦੇ ਤਾਂ ਦੇਖਦੇ, ਨਾ ਨਾ ਜੀ, ਆਪਾਂ ਤਾਂ ਆਪਦੇ ਘਰ ਹੀ ਬੈਠੇ ਜੀ, ਅਤੇ ਕੁਛ ਇਹੋ ਜਿਹੇ ਬੰਦੇ ਵੀ ਹੁੰਦੇ ਆ ਇੱਧਰ ਵੀ ਹੌਸਲਾ ਦੇ ਜਾਂਦੇ ਆ ਅਤੇ ਉੱਧਰ ਵੀ, ਨਾ ਜੀ ਜਿਹੜੇ ਇੱਧਰ ਖੜੇ ਨੇ ਤਾਂ ਇੱਧਰ ਹੀ ਨੇ। ਅੱਛਾ, ਉਹਨਾਂ ਦਾ ਆਪਾਂ ਨੂੰ ਉੱਧਰਾਂ ਦਾ ਖਿਆਲ ਹੀ ਨਹੀਂ, ਉਹਨਾਂ ਦਾ ਖਿਆਲ ਹੀ ਨਹੀਂ। ਅੱਛਾ, ਆਮ ਤੌਰ 'ਤੇ ਪਿੰਡਾਂ 'ਚ ਇਹ ਹੁੰਦਾ ਵੀ ਆਪਾਂ ਤੜਕੇ ਸਦੇ ਹਾਂ ਕਿਉਂਕਿ ਬਾਬਾ ਬੋਲਦੇ ਨੂੰ ਉੱਠ ਖੜ੍ਹਦੇ ਹਾਂ, ਤਾਂ ਜਿਹੜੇ ਪਿੰਡ 'ਚ ਗੇੜੇ ਦੇਣੇ ਹੁੰਦੇ ਆ ਉਹ ਸਵੇਰੇ ਸਵੇਰੇ ਕੱਢ ਦਿੰਦੇ ਹੋ ਫਿਰ ਪਿੰਡ ਕਵਰ ਕਰਦੇ ਹੋ? ਹਾਂ, 10 ਵਜੇ ਨੂੰ 10:30 ਵਜੇ ਨੂੰ ਲਾ ਲਾ ਕਰਦਾ ਨੇ ਜੀ, ਸਾਰਾ ਪਿੰਡ ਤਾਂ ਨਹੀਂ ਹੁੰਦਾ ਜੀ, ਇੱਕ ਸਮਾਂ ਘੱਟ ਨਹੀਂ ਸਾਰਾ ਸਰਕਾਰ ਨੇ ਸਾਰਾ, ਹੁਣ 20 ਤਰੀਕ ਕਰਤੀ ਇਹਨੇ 15 ਤੋਂ ਵੀ, ਨਹੀਂ ਕਰਤੀ 20 ਕਰਤੀ ਜੀ, ਚਲੋ ਅਸੀਂ ਨਹੀਂ ਉਹ ਕੋਈ ਹਜੇ ਖਬਰ ਦੇਖੀ, ਮੈਂ ਦੇਖੀ ਸੀ। ਅੱਛਾ, ਤੇ 20 ਵੀ ਫਿਰ ਕਿੰਨਾ ਕਿ 15-12 ਦੇਣੀ ਰਹਿ ਗਈ? 15-12 ਨੇ, ਅੱਗੇ ਸਰਪੰਚੀਆਂ ਜਿਹੜੀਆਂ ਉਹ ਮਹੀਨਾ ਮਹੀਨਾ ਡੇਢ ਮਹੀਨਾ ਚੱਲਣੀ, 13 ਦਿਨ ਹੀ ਨੇ ਬਣਦੇ ਲਾ ਲਾ, 17-7 ਨੂੰ ਤਾਂ ਉਹੀ ਕਰਨੇ ਫਾਰਮ, 13 ਦਿਨ ਹੀ। ਅੱਛਾ, ਅੱਜ ਸਰਪੰਚ ਸਾਹਿਬ ਉੱਥੇ ਨੋਮੀਨੇਸ਼ਨ ਕਰਾ ਰਹੇ ਹੈ, ਹਾਂਜੀ, ਤੁਸੀਂ ਨਹੀਂ ਗਏ ਫਿਰ ਨਾਲ? ਮੈਂ ਤਾਂ ਜੀ ਤੁਹਾਨੂੰ ਦੱਸ ਕੇ ਹਟੇ ਤਾਂ ਉੱਧਰੋਂ ਆਇਆ, ਮੈਂ ਤਾਂ ਦੇਖਦਾ ਜੀ ਘਰੇ ਵੀ ਨਹੀਂ ਗਿਆ। ਅੱਛਾ, ਜੇ ਨੰਬਰਦਾਰ ਸਾਹਿਬ ਹੈ ਜਿਹੜੇ ਤੁਹਾਡੇ ਚੇਅਰਮੈਨ ਸਾਹਿਬ ਸਰਪੰਚ ਬਣ ਜਾਂਦੇ ਹੈ,
ਤਾਂ ਪਿੰਡ ਦੇ ਕਿਹੜੇ ਕਾਰਜ ਹੈ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰਦੇ ਆ ਜਾਂ ਕੀ ਕਹਿ ਕੇ ਵੋਟਾਂ ਮੰਗਦੇ ਹੋ ਵੀ ਅਸੀਂ ਵੱਖਰਾ ਕੀ ਕਰਾਂਗੇ ਭਾਈ? ਪਹਿਲ ਦੇ ਆਧਾਰ ਤੇ ਤਾਂ ਸਾਰੇ ਪਿੰਡ ਦੀ ਇਹ ਆਖਿਆ ਉਹਨਾਂ ਨੇ ਵੀ ਅਸੀਂ ਸਾਰੇ ਪਿੰਡ 'ਚ ਉਹ ਕਰਾਂਗੇ, ਉਹ ਕੀ ਕਰਾਂਗੇ, ਪਾਣੀ ਪਜਾਵਾਂਗੇ ਬਾਰਡਰ ਬਾਕਸ ਦਾ। ਅੱਛਾ, ਸਾਰੇ ਪਿੰਡ 'ਚ? ਹਾਂ। ਅਤੇ ਦੂਜੇ ਆਧਾਰ ਤੇ ਕਿਹਾ ਹੈਗਾ ਵੀ ਜੇ ਜਿੱਥੇ ਵੀ ਲਾ ਲਾ ਸੜਕ ਲਾ ਲਾ ਹਾ, ਅਤੇ ਉਹ ਮਨ ਜੀ ਸੜਕ ਇਹ ਆਖਿਆ ਜੀ ਇਹੀ ਬਾਲਾ ਸਾਡੇ ਨਰਕ ਹੈ ਜੀ, ਵੀ ਇਹ ਪਹਿਲੇ ਆਧਾਰ ਤੇ ਤਿੰਨੇ ਚੀਜ਼ਾਂ ਕਰਾਂਗੇ। ਇਹ ਤਾਂ ਯਾਰ ਦੋਨੇ ਤਿੰਨੇ ਕੰਮ ਪਹਿਲੇ ਸਾਲ 'ਚ, ਫਿਰ ਅਗਲੇ 'ਚ ਵਿਹਲਾ ਰਹੂਗਾ। ਉਦੋਂ ਬਾਅਦ ਕੋਈ ਹੋਰ ਵੀ ਦਿਮਾਗ 'ਚ ਆਊਗਾ ਜੀ? ਦਿਮਾਗ 'ਚ ਤਾਂ ਹੁਣ ਦੱਸੋ ਨਾ ਲੋਕਾਂ ਨੂੰ, ਹੁਣ ਸਾਡੀ ਗੱਲ ਸੁਣ, ਮੈਂ ਤਾਂ ਕੁਝ ਨਹੀਂ ਦੱਸ ਸਕਦਾ ਜੀ। ਗੱਲ ਸੁਣ, ਹੁਣ ਵੋਟਾਂ ਮੰਗਣ ਜਾਣਾ ਆਪਾਂ ਤੜਕੇ, ਮੇਰੇ ਕੋਲੇ ਆ ਗਏ, ਮੈਂ ਤੁਹਾਡੇ ਮੂਸੇ ਪਿੰਡ ਦਾ ਬੰਦਾ, ਵੀ ਭਾਈ ਆਹ ਆਹ ਕੰਮ ਕਰਾਂਗੇ ਅਸੀਂ, ਵੋਟਾਂ ਸਾਨੂੰ ਪਾਇਓ। ਪਹਿਲੀ ਤੁਸੀਂ ਕਹਿਤੀ ਸੜਕ, ਦੂਜੀ ਤੁਸੀਂ ਕਹਿਤਾ ਵਾਟਰ ਬਾਕਸ ਦਾ ਪਾਣੀ, ਮੰਨ ਲਿਆ ਵੀ ਇੱਕ ਸਾਲ 'ਚ ਇਹ ਤੁਸੀਂ ਨਿਬੇੜ ਦਿਓਗੇ। ਹੁਣ ਜਿਹੜੇ 4 ਸਾਲ ਰਹਿ ਗਏ ਉਹਦੇ ਵਾਸਤੇ ਕੋਈ ਵੱਖਰਾ ਤਾਂ ਬਣਾਇਆ? ਉਹਦੇ ਬਗੈਰ ਵੱਖਰਾ ਬਣਾ, ਉਹ ਚੇਅਰਮੈਨ ਦੀ ਸੋਚ, ਉਹ ਸਰਪੰਚ ਦੀ ਸੋਚ ਉਹ। ਅੱਛਾ, ਹੁਣ ਸਾਡੀ ਥੋੜੀ ਹੋਊ ਜੀ ਵੋਟਾਂ ਪਾਉਣ ਵਾਲੇ। ਠੀਕ ਹੈ, ਨੌਜਵਾਨਾਂ ਦੀ ਕੀ ਮੰਗ ਹੈ ਵੀ ਪਿੰਡ 'ਚ? ਆਮ ਤੌਰ 'ਤੇ ਨੌਜਵਾਨ ਕਹਿੰਦੇ ਜਿੰਮ ਹੋਵੇ। ਜੇ ਜਿੰਮ ਆ ਗਈ ਜੀ, ਜਿੰਮ ਆ ਗਈ, ਇਹ ਪਿਛਲੇ ਪਲਾਨ 'ਚ ਮੂਸੇ ਵਾਲੇ ਵੇਲੇ? ਨਾ ਨਾ, ਆਪ ਲਿਆਂਦੀ ਹੈ। ਅੱਛਾ, ਮੁੰਡੇ ਨੇ, ਗੁਰੂ ਘਰ ਵਾਲਿਆਂ ਨੇ, ਗੁਰੂ ਘਰ ਵਾਲਿਆਂ ਨੇ ਲਿਆ ਕੇ ਦਿੱਤੇ, ਕੁਛ ਫੰਡ ਆਪ ਆਏ ਮੁੰਡੇ ਨੇ। ਅੱਛਾ, ਜਿਹੜੀ ਸਾਂਝੀ ਮੀਟਿੰਗ ਕਰਦੇ ਹੋ ਤੁਸੀਂ ਮੁੰਡਿਆਂ ਦੇ ਖਾਤਰ, ਤਾਂ ਵੀ ਕਿਹ ਚੀਜ਼ ਮੰਗ ਆ ਸਾਡੀ ਵੀ ਕਲੀ ਗਰਾਊਂਡ ਦੀ? ਠੀਕ ਹੈ, ਅਤੇ ਉਹਨਾਂ ਨੇ ਸਵਾਹ ਸੁਭ ਜੀ ਸਿੱਟਤੀ ਸੀ ਗਰਾਊਂਡ 'ਚ, ਉਦੋਂ ਬਾਅਦ ਇੰਨੇ ਕੱਲ੍ਹ ਅਸੀਂ ਵਾਹ ਕੇ ਆਏ ਜੀ, ਉਹ ਸਵਾਹ ਉੱਤੇ ਆ ਗਈ। ਹਾਂ, ਉਹ ਗਰਾਊਂਡ ਆਈ ਦੱਸ, ਉੱਥੇ ਇਹਦਾ ਸਕੂਲ ਦਾ ਵਾਹਣ ਆ, ਕਹਿ ਕਿਲੇ ਆ ਉਹ 5 ਕਿੱਲੇ ਬਣਦੇ ਛਡਾ ਰਹੇ ਸੀ ਸਕੂਲ ਤੋਂ। ਇੱਥੇ ਪਾਰਕ ਵੀ ਕਈ ਹੈ ਤੁਹਾਡੇ ਪਿੰਡ 'ਚ? ਪਾਰਕ ਤਾਂ ਹੈਗੇ, ਪਾਰਕ ਤਾਂ 5-6 ਨੇ, 6 ਪਾਰਕਾਂ ਨੇ, 6 ਪਾਰਕਾਂ 6 ਪਾਰਕਾਂ ਨੇ। ਅਤੇ ਵੀ ਗੱਲ ਆ ਜਾਣਾ, ਇਹ ਆਹ ਜਿਹੜਾ ਆਰ ਓ ਆ ਜੀ, ਇਹ ਵੀ ਸ਼ਰਨੀ ਦੇਣਾ, ਆਹ ਸਾਰੇ ਜਿਹੜਾ ਕੁਛ, ਚਲੋ ਸ਼ਰਨੀ ਚੇਅਰਮੈਨ ਸੀ ਜਦੋਂ, ਸਾਰਾ ਕੁਛ ਉਹਨੇ ਬਣਾਇਆ ਸੀ। ਵੀਡੀਓ ਬੰਦ ਕਰਨੀ ਹੈ। ਠੀਕ ਹੈ ਜੀ, ਪੀਤੇ ਨੇ ਵੋਟ ਮੰਗਣੀ ਹੈ ਆਪਦੇ ਸਰਪੰਚ ਲਈ। ਹਾਂ ਜੀ, ਕੀ ਕਹਿਣਾ ਹੈਗਾ ਪਿੰਡ ਨੂੰ? ਕੀ ਕਹਿਣਾ ਪਿੰਡ ਨੂੰ? ਇਹੀ ਕਹਿਣਾ ਵੀ ਤੁਹਾਡੇ ਹੱਥ ਜੋੜ ਕੇ, ਪਹਿਲਾਂ ਹੱਥ ਜੋੜ ਕੇ ਕਹਿਣਾ ਹੈਗਾ, ਸ਼ੁਰੂ ਉੱਧਰ ਦੇਖ ਵੀ ਪਿੰਡ ਵੀ ਆਪਾਂ ਵੀ ਵਧੀਆ ਬੰਦਾ ਬਣਾਈਏ ਪਿੰਡ ਚੋਂ ਚੁਣ ਕੇ। ਤਾਂ ਸ਼ਰਨੀ ਲਈ ਤੂੰ ਵੋਟ ਮੰਗ ਰਿਹਾ? ਸ਼ਰਨੀ ਲਈ ਵੋਟ ਮੰਗਦਾ? ਹਾਂ, ਵੀ ਕੀ ਕਰਾਂਗੇ ਆਪਾਂ, ਕੋਈ ਵਿਕਾਸ ਚੰਗਾ ਹੋਊਗਾ, ਵੀ ਨਵੀਂ ਸੋਚ ਦਾ ਮੁੰਡਾ ਗਾ, ਹੈ ਪੜ੍ਹਿਆ ਲਿਖਿਆ, ਅਤੇ ਸਾਰੇ ਕਿਤੇ ਵਪਾਰ ਅੰਦਰ ਜਾਂਦਾ ਗਾ, ਸਭ ਕਿਤੇ ਜਾਣਦਾ, ਕਚਹਿਰੀ ਕੱਪੇ ਦੇ ਕੰਮ ਵੀ ਸਾਰੇ ਜਾਣਦਾ ਜੀ। ਇਹਨਾਂ ਨੂੰ ਤੁਸੀਂ ਦਲੇਰੀ ਚ ਰੱਖੋ ਵੀ ਭਾਈ ਸਿੰਘ ਤਾਂ ਫਸੇ, ਹੁਣ ਕਢਵਾਓ। ਇਹ ਤਾਂ ਸਾਨੂੰ ਦਲੇਰੀ ਦਿੰਦੇ ਆ ਜੀ ਸਭ, ਇਹ ਤਾਂ ਸਾਨੂੰ ਦਲੇਰੀ ਦੇਣ ਵਾਲੇ ਆ ਸਾਰੇ। ਚਲੋ, ਇਹ ਸੀਗੀ ਜੀ ਮੂਸੇ ਪਿੰਡ ਦੀ ਸੱਥ, ਜਿੱਥੇ 2 ਉਮੀਦਵਾਰ ਖੜ੍ਹੇ ਹੋਏ ਆ, ਇਹ ਸ਼ਰਨੀ ਨੰਬਰਦਾਰ ਦੇ ਜਿਹੜੇ ਸਮਰਥਕ ਸੀਗੇ। ਦੇਖਦੇ ਹਾਂ 15 ਤਰੀਕ ਨੂੰ ਕਿਹਦਾ ਪਲੜਾ ਭਾਰੀ ਹੁੰਦਾ। ਧੰਨਵਾਦ ਦੋਸਤੋ।